ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਦੋਸਤਾਂ ਮਿੱਤਰਾਂ ਨੂੰ। ਕੀ ਹਾਲ ਚਾਲ ਜੀ ਸਾਰਿਆਂ ਦੇ? ਆਸ ਕਰਦੇ ਹਾਂ ਜੀ ਸਾਰੇ ਮੇਰੇ ਵੀਰ ਵਧੀਆ ਹੀ ਹੋਣਗੇ। ਅਤੇ ਲਓ ਜੀ ਵੀਰ ਜੀ, ਆਪਾਂ ਅੱਜ ਇੱਕ ਵੀਡੀਓ ਹੋਰ ਲੈ ਕੇ ਆਏ ਹਾਂ, ਅਤੇ ਇਹਦੇ ਵਿੱਚ ਵੀਰ ਜੀ ਆਪਾਂ ਤੁਹਾਨੂੰ ਦੱਸਾਂਗੇ ਇਟਲੀ ਟੂ ਆਸਟਰੀਆ। ਠੀਕ ਆ, ਆਸਟਰੀਆ ਜਿਹੜਾ ਵਾ ਉਹ ਵੀ ਇੱਕ ਯੂਰਪ ਦੀ ਕੰਟਰੀ ਆ, ਅਤੇ ਬਹੁਤ ਵਧੀਆ ਅਤੇ ਬਹੁਤ ਸੋਹਣੀ ਕੰਟਰੀ ਆ ਆਸਟਰੀਆ ਜਿਹੜੀ ਆ। ਅਤੇ ਆਪਾਂ ਤੁਹਾਨੂੰ ਅੱਜ ਉਹਦੇ ਬਾਰੇ ਇੱਕ ਗੱਲ ਕਰਾਂਗੇ ਕਿ ਇਟਲੀ ਤੋਂ ਆਸਟਰੀਆ ਆਪਾਂ ਜਾ ਸਕਦੇ ਹਾਂ, ਨੰਬਰ ਇੱਕ 'ਤੇ ਇਹਦੇ ਬਾਰੇ ਗੱਲ ਕਰਾਂਗੇ। ਨੰਬਰ 2 'ਤੇ ਕਿਸੇ ਵੀਰ ਨੇ ਪੁੱਛਿਆ ਵਾ ਕਿ ਮਗਰ ਜਿਹੜੀ ਸੈਲਰੀ ਆ ਉਹ ਆਸਟਰੀਆ 'ਚ ਮਿਲਦੀ ਹੈ ਵਧੀਆ ਜਾਂ ਫਿਰ ਇਟਲੀ ਵਿੱਚ ਜ਼ਿਆਦਾ ਮਿਲਦੀ ਹੈ। ਠੀਕ ਹੈ ਜੀ, ਆਪਾਂ ਵੀਰ ਜੀ ਅੱਜ ਇਸ ਟੋਪਿਕ 'ਤੇ ਗੱਲ ਕਰਾਂਗੇ। ਲਓ ਜੀ, ਗੱਲ ਕਰਨ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਵੀਰ ਜੀ, ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਨਾਲ ਹੀ ਬੈੱਲ ਆਈਕੋਨ 'ਤੇ ਵੀ ਕਲਿੱਕ ਜ਼ਰੂਰ ਕਰੋ, ਤਾਂ ਜੋ ਆਉਣ ਵਾਲੀ ਕੋਈ ਵੀ ਨਵੀਂ ਵੀਡੀਓ ਦੀ ਇਨਫੋਰਮੇਸ਼ਨ ਤੁਹਾਨੂੰ ਉਸਦਾ ਨੋਟੀਫਿਕੇਸ਼ਨ ਤੁਹਾਡੇ ਕੋਲੋਂ ਆਟੋਮੈਟਿਕਲੀ ਪਹੁੰਚ ਸਕੇ। ਠੀਕ ਆ, ਅਤੇ ਤਾਂ ਜੋ ਤੁਸੀਂ ਵੀਡੀਓ ਦਾ ਸਹੀ ਸਹੀ ਤਰੀਕੇ ਦੇ ਨਾਲ ਆਨੰਦ ਮਾਣ ਸਕੋ, ਜਾਂ ਉਸ ਤੋਂ ਕੁਛ ਸਿੱਖ ਸਕੋ, ਜਾਂ ਕੁਛ ਸਿਖਾ ਸਕੋ। ਠੀਕ ਆ, ਸਬਸਕ੍ਰਾਈਬ ਕਰਨ ਦਾ ਤੁਹਾਨੂੰ ਇਹ ਫਾਇਦਾ ਹੋਊਗਾ। ਲਓ ਵੀਰ ਜੀ, ਆਪਾਂ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਨੀ, ਠੀਕ ਆ, ਆਪਾਂ ਛੋਟੀ ਜਿਹੀ ਵੀਡੀਓ ਬਣਾਉਣੀ ਅੱਜ ਇਹਦੇ ਬਾਰੇ। ਵਾਹਵਾ ਮੇਰੇ ਵੀਰ ਨੇ ਮੈਸੇਜ ਮੂਸੀ ਕੀਤੇ ਵਾਹਵਾ ਵਾਰੀ, ਅਤੇ ਮੈਂ ਕਿਹਾ ਚਲੋ ਅੱਜ ਆਪਾਂ ਇੱਥੇ ਬਣਾ ਦਿੰਦੇ ਹਾਂ ਵੀਡੀਓ। ਅੱਛਾ ਵੀਰ ਜੀ, ਸਭ ਤੋਂ ਪਹਿਲੀ ਗੱਲ ਕਿ ਜਿਹੜਾ ਵਾ ਇਟਲੀ ਟੂ ਆਸਟਰੀਆ, ਠੀਕ ਆ, ਪਹਿਲਾਂ ਮੈਂ ਤੁਹਾਨੂੰ ਇਹ ਦੱਸੂਗਾ ਕਿ ਆਪਾਂ ਉੱਥੇ ਕਿਸ ਤਰੀਕੇ ਨਾਲ ਜਾ ਸਕਦੇ ਹਾਂ। ਠੀਕ ਆ ਜੀ, ਫਿਰ ਮੈਂ ਤੁਹਾਨੂੰ ਇਹ ਦੱਸੂਗਾ ਕਿ ਕਿਹੜੇ ਤਰੀਕੇ ਨਾਲ ਆਪਾਂ ਨਹੀਂ ਜਾ ਸਕਦੇ, ਅਤੇ ਕਿਹੜੇ ਤਰੀਕੇ ਨਾਲ ਆਪਾਂ ਨੂੰ ਜਾਣ ਦਾ ਫਾਇਦਾ ਵਾ, ਅਤੇ ਕਿਹੜੇ ਤਰੀਕੇ ਨਾਲ ਆਪਾਂ ਨੂੰ ਜਾਣ ਦਾ ਨਹੀਂ ਫਾਇਦਾ। ਠੀਕ ਹੈ ਵੀਰ ਜੀ, ਇਹ ਜਿਹੜਾ ਸਵਾਲ ਪੁੱਛਿਆ ਗਿਆ ਵਾ, ਇਹ ਪੁੱਛਿਆ ਗਿਆ ਵਾ ਕਿ 9 ਮੰਥ ਵਾਲੇ ਪੇਪਰਾਂ 'ਤੇ, ਮੇਰੇ ਵੀਰ ਕਿਸੇ ਨੇ ਪੁੱਛਿਆ ਵਾ ਕਿ 9 ਮੰਥ ਵਾਲੇ ਪੇਪਰਾਂ 'ਤੇ ਜੇਕਰ ਆਪਾਂ ਇਟਲੀ ਦੇ ਵਿੱਚ ਆ ਜਾਂਦੇ ਹਾਂ, ਅਤੇ ਆਪਾਂ ਇਟਲੀ ਤੋਂ ਆਸਟਰੀਆ ਵਿੱਚ ਜਾ ਕੇ ਕੰਮ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ, ਮੇਨ ਮਤਲਬ ਕਿ ਆਪਣਾ ਸਵਾਲ ਇਹ ਵਾ। ਠੀਕ ਹੈ ਜੀ, ਵੇਖੋ ਵੀਰ ਜੀ, ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਆਸਟਰੀਆ ਨਾ ਉਹ ਵੀ ਯੂਰਪ ਦੀ ਕੰਟਰੀ ਹੈ, ਇੱਕ ਬਹੁਤ ਸੋਹਣੀ ਕੰਟਰੀ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸੂਗਾ, ਅਤੇ ਜੈ ਹਿਸਾਬ ਦੇ ਨਾਲ ਵੇਖਿਆ ਜਾਵੇ ਕਿ ਉੱਥੇ ਜੇ ਆਪਾਂ ਵੇਖਿਆ ਜਾਵੇ ਕੰਮ, ਅਤੇ ਕੰਮ ਵੀ ਉੱਥੇ ਬਹੁਤ ਆ। ਠੀਕ ਆ, ਆਸਟਰੀਆ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਇਟਲੀ ਦੇ ਨਾਲੋਂ ਜ਼ਿਆਦਾ ਕੰਮ ਹੋਇਆ ਹੈਗੇ ਆਸਟਰੀਆ। ਠੀਕ ਆ, ਜਿੰਨਾ ਕੁ ਮੈਨੂੰ ਪਤਾ ਵਾ। ਅਤੇ ਵੀਰ ਜੀ, ਉੱਥੇ ਸਭ ਤੋਂ ਪਹਿਲਾਂ ਤਾਂ ਉਹ ਬੰਦੇ ਜਾ ਸਕਦੇ ਆ ਇਟਲੀ ਤੋਂ ਜਿਹੜੇ ਇਟਲੀ ਦੇ ਵਿੱਚ ਜਿਨ੍ਹਾਂ ਦੇ ਕੋਲੋਂ ਕਾਰਤਾ ਦੀ ਸੰਜੋਰਨੋ ਆ। ਠੀਕ ਆ, ਠੀਕ ਆ, ਜਿਨ੍ਹਾਂ ਕੋਲ ਕਾਰਤਾ ਦੀ ਸੰਜੋਰਨ ਦਾ ਮਤਲਬ ਕਿ 5 ਸਾਲਾਂ ਬਾਅਦ ਇੱਥੋਂ ਆਪਾਂ ਨੂੰ ਇਟਲੀ ਵਿੱਚ ਪੱਕੇ ਹੋਣ ਤੋਂ ਬਾਅਦ ਇੱਕ ਪੇਪਰ ਇੱਕ ਕਾਰਡ ਮਿਲਦਾ ਵਾ, ਉਸ ਕਾਰਡ ਦੇ ਉੱਤੇ ਆਪਾਂ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਜਾ ਕੇ ਕੰਮ ਕਰ ਸਕਦੇ ਹਾਂ। ਠੀਕ ਆ, ਕਿਸੇ ਵੀ ਕੰਟਰੀ ਦੇ ਵਿੱਚ ਉਹੜਾ ਕਾਰਡ ਆ, ਉਹ ਕਾਰਡ ਆਪਾਂ ਨੂੰ 5 ਸਾਲਾਂ ਬਾਅਦ ਮਿਲਦਾ ਵਾ, ਕਿ 5 ਸਾਲ ਆਪਾਂ ਨੂੰ ਇਟਲੀ ਵਿੱਚ ਪੱਕੇ ਰਹਿਣਾ ਪੈਂਦਾ ਵਾ, ਅਤੇ 5 ਸਾਲਾਂ ਬਾਅਦ ਆਪਾਂ ਉਹ ਕਾਰਡ ਜਿਹੜਾ ਵਾ ਅਪਲਾਈ ਕਰਦੇ ਹਾਂ, ਉਹਨੂੰ ਕਹਿੰਦੇ ਆ ਕਾਰਤਾ ਦੀ ਸੰਜੋਰ। ਠੀਕ ਆ ਵੀਰ ਜੀ, ਉਹਨੂੰ ਕਹਿੰਦੇ ਕਾਰਤਾ ਦੀ ਸੰਜੋਰ। ਅਤੇ ਉਹ ਜੇਕਰ ਤਾਂ ਆਪਣੇ ਕੋਲੋਂ ਉਹ ਕਾਰਤਾ ਦੀ ਸੰਜੋਰ ਹੋਵੇ, ਠੀਕ ਆ ਜੀ, ਅਤੇ ਆਪਾਂ ਆਸਟਰੀਆ ਦੇ ਵਿੱਚ ਜਾ ਕੇ ਬੜੇ ਆਸਾਨੀ ਦੇ ਨਾਲ ਵਧੀਆ ਵਧੀਆ ਆਪਣਾ ਕੰਮ ਕਰ ਸਕਦੇ ਹਾਂ, ਅਤੇ ਜਿਹੜੇ ਆਪਣੇ ਇੱਥੋਂ ਵਾਲੇ ਪੇਪਰ ਆ ਉੱਥੇ ਜਾ ਕੇ ਆਪਾਂ ਜਿਹੜੇ ਪੇਪਰ ਆ ਉਹ ਚੇਂਜ ਕਰਾ ਸਕਦੇ ਹਾਂ, ਕਿਉਂਕਿ ਉਹ ਵੀ ਇੱਕ ਯੂਰਪ ਦਾ ਹਿੱਸਾ ਵਾ, ਅਤੇ ਉਹਨਾਂ ਨੂੰ ਉਹ ਆਪਾਂ ਨੂੰ ਇਹ ਅਥੋਰਿਟੀ ਦਿੰਦੇ ਆ ਕਿ ਜੇਕਰ ਤੁਹਾਡੇ ਕੋਲੋਂ ਕਾਰਤਾ ਦੀ ਸੰਜੋਰਨ ਹੈਗੀ ਆ, ਅਤੇ ਤੁਸੀਂ ਉੱਥੇ ਆਣ ਕੇ ਆਪਣੇ ਪੇਪਰ ਚੇਂਜ ਕਰਾ ਸਕਦੇ ਜੀ। ਠੀਕ ਆ, ਫਿਰ ਆਪਾਂ ਉੱਥੇ ਲੀਗਲ ਤੌਰ 'ਤੇ ਰਹਿ ਸਕਦੇ ਹਾਂ ਆਸਟਰੀਆ ਦੇ ਵਿੱਚ, ਲੀਗਲ ਤੌਰ 'ਤੇ ਆਪਾਂ ਕੰਮ ਕਰ ਸਕਦੇ ਹਾਂ। ਠੀਕ ਆ, ਆਪਣਾ ਸਾਰਾ ਕੁਛ ਕਨੈਕਟ ਹੋ ਸਕਦਾ ਵਾ, ਅਤੇ ਬਿਨਾਂ ਕਿਸੇ ਡਰ ਤੋਂ ਆਪਾਂ ਉੱਥੇ ਵਧੀਆ 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 ਤਰੀਕੇ ਦੇ ਨਾਲ ਰਹਿ ਸਕਦੇ ਹਾਂ, ਅਤੇ ਵਧੀਆ ਵਧੀਆ ਪੈਸਾ ਕਮਾ ਸਕਦੇ ਹਾਂ। ਠੀਕ ਹੈ ਵੀਰ ਜੀ, ਇਹ ਤਾਂ ਪਹਿਲੀ ਗੱਲ ਹੋ ਗਈ ਇਹ। ਦੂਸਰੀ ਗੱਲ ਆਪਾਂ ਜੇ ਗੱਲ ਕਰੀਏ ਉੱਥੋਂ ਦੀ ਸੈਲਰੀ ਦੀ, ਅਤੇ ਜਿੰਨਾ ਕੁ ਤਾਂ ਮੈਨੂੰ ਪਤਾ ਵਾ, ਅਤੇ ਆਸਟਰੀਆ ਕਿਉਂਕਿ ਕੁਛ ਬੰਦੇ ਆਪਣੇ ਇੱਥੋਂ ਇਟਲੀ ਤੋਂ ਉੱਥੇ ਆਸਟਰੀਆ ਗਏ ਆ, ਹਾਲੇ ਵੀ ਉੱਥੇ ਹੈਗੇ ਆ। ਠੀਕ ਆ, ਜਿੰਨਾ ਤਾਂ ਮੈਂ ਸੁਣਿਆ ਵਾਂ, ਅਤੇ ਜਿਹੜਾ ਆਸਟਰੀਆ ਵਾ ਉੱਥੇ ਕੰਮ ਤਾਂ ਮੇਰੇ ਜੀ ਸੌਖਾ ਮਿਲ ਜਾਂਦਾ ਵਾ। ਠੀਕ ਆ, ਅਤੇ ਪੈਸੇ ਵੀ ਇਟਲੀ ਦੇ ਨਾਲੋਂ, ਮੈਂ ਤੁਹਾਨੂੰ ਮਤਲਬ ਕਿ ਜਿੰਨਾ ਕੁ ਮੈਨੂੰ ਪਤਾ ਵਾ ਕਿ ਕਹਿੰਦੇ ਆ ਕਿ ਇਟਲੀ ਦੇ ਨਾਲੋਂ ਜ਼ਿਆਦਾ ਮਤਲਬ ਕਿ ਪੈਸੇ ਉੱਥੇ ਬਣਦੇ ਆ, ਜ਼ਿਆਦਾ ਸੈਲਰੀ ਮਿਲਦੀ ਆ। ਠੀਕ ਆ, ਟਾਈਮ ਤੁਸੀਂ ਜਿੰਨਾ ਲਾਓ ਉਸ ਹਿਸਾਬ ਨਾਲ ਪੈਸੇ ਮਿਲਦੇ ਆ। ਠੀਕ ਆ ਜੀ, ਬਟ ਜਿਹੜੀ ਮੇਨ ਪ੍ਰੋਬਲਮ ਆ, ਜਿਹੜੇ ਹਿਸਾਬ ਦੇ ਨਾਲ ਵੀਰ ਨੇ ਸਵਾਲ ਪੁੱਛਿਆ ਕਿਸੇ ਨੇ ਕਿ 9 ਮੰਥ ਵਾਲੇ ਪੇਪਰਾਂ 'ਤੇ ਆਪਾਂ ਜਾ ਸਕਦੇ ਕਿ ਨਹੀਂ ਜਾ ਸਕਦੇ, ਉਹ ਵੀਰ ਜੀ ਇਹ ਵਾ ਕਿ 9 ਮੰਥ ਵਾਲੇ ਪੇਪਰਾਂ 'ਤੇ ਤੁਸੀਂ ਉੱਥੇ ਜਾ ਤਾਂ ਸਕਦੇ ਜੇ ਆਸਟਰੀਆ ਦੇ ਵਿੱਚ, ਠੀਕ ਆ, ਬਟ ਉੱਥੇ ਜਾ ਕੇ ਤੁਸੀਂ ਕੰਮ ਨਹੀਂ ਕਰ ਸਕਦੇ। ਠੀਕ ਆ,
ਉੱਥੇ ਤੁਸੀਂ ਮਰਮਾਨ ਨਾਲ ਇੱਥੋਂ ਆਪਣਾ ਭਾਵੇਂ ਟ੍ਰੇਨ 'ਤੇ ਜਾਓ, ਭਾਵੇਂ ਬੱਸ 'ਤੇ ਜਾਓ ਅਤੇ ਭਾਵੇਂ ਐਰੋਪਲੇਨ 'ਤੇ ਜਾਓ, ਜਿੱਥੇ ਮਰਜ਼ੀ ਜਾਓ, ਤੁਸੀਂ 9 ਮੰਥ ਵਾਲੇ ਵੀਰ ਜੇਕਰ ਇਟਲੀ ਵਿੱਚ ਆ ਜਾਂਦੇ ਆ ਅਤੇ ਇਟਲੀ ਤੋਂ ਆਸਟਰੀਆ ਵਧੀਆ ਤਰੀਕੇ ਦੇ ਨਾਲ ਉੱਥੇ ਜਾ ਸਕਦੇ ਆ, ਘੁੰਮ ਫਿਰ ਸਕਦੇ ਆ। ਬਟ ਜੇਕਰ ਆਪਾਂ ਕੰਮ ਦੀ ਤੁਹਾਨੂੰ ਮੈਂ ਕਹਾਂ ਤਾਂ ਵੀਰ ਜੀ, ਉੱਥੇ ਆਪਾਂ ਜਾ ਕੇ ਕੰਮ ਨਹੀਂ ਕਰ ਸਕਦੇ, ਠੀਕ ਆ। ਉੱਥੇ ਕੰਮ ਜੇ ਵੀ ਆਪਾਂ ਕਰਨਾ ਵਾ ਤਾਂ ਆਪਾਂ ਨੂੰ ਉੱਥੇ ਕੰਮ 2 ਨੰਬਰ ਦੇ ਵਿੱਚ ਕਰਨਾ ਪੈਣਾ ਵਾ, ਠੀਕ ਆ, ਲੋਕ ਲੋਕ ਕੇ ਕੰਮ ਕਰਨਾ ਪੈਣਾ ਵਾ, ਠੀਕ ਆ। ਅਤੇ ਪੈਸੇ ਜਾਣੀ ਕਿ ਤੁਸੀਂ ਉੱਥੇ ਕਮਾ ਸਕਦੇ ਜੇ ਇਟਲੀ ਨਾਲੋਂ ਜ਼ਿਆਦਾ, ਅਤੇ ਬਟ ਕੰਮ ਤੁਹਾਨੂੰ ਉੱਥੇ ਲੁੱਕ ਛੋਪੇ ਹੀ ਕਰਨਾ ਪੈਣਾ ਵਾ, ਠੀਕ ਆ। ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉੱਥੋਂ ਦੀ, ਜਿਹੜਾ ਜਿੰਨੀ ਕੁ ਤਾਂ ਮੈਨੂੰ ਪਤਾ ਵਾ, ਠੀਕ ਆ, ਜਿਹੜੀ ਮੈਨੂੰ ਪਤਾ ਵਾ ਕਿ ਜਦੋਂ ਉੱਥੇ ਬੰਦਾ ਕੋਈ ਵੀ ਕੰਮ ਕਰਦਾ ਫੜਿਆ ਜਾਂਦਾ ਵਾ ਆਸਟ੍ਰੇਲੀਆ ਦੇ ਵਿੱਚ, ਠੀਕ ਆ, ਉਹ 1-2-3 ਵਾਰੀ ਛੱਡ ਦਿੰਦੇ ਆ, ਠੀਕ ਆ। ਉਸ ਬੰਦੇ ਨੂੰ ਫੌਰੀ ਵੀਜ਼ੇ ਦਾ ਕਹਿ ਦਿੰਦੇ ਕਿ ਹਾਂਜੀ ਵੀ ਫੌਰੀ ਵੀਜ਼ਾ ਦੇ ਦਿੰਦੇ ਆ, ਉਹਨੂੰ ਫੌਰੀ ਵੀਜ਼ਾ ਹੁੰਦਾ ਕਿ ਸਾਡੀ ਜਿਹੜੀ ਕੰਟਰੀ ਆ ਜਿਹੜੀ ਕੰਟਰੀ ਆ ਉਹਨੂੰ ਮਤਲਬ ਕਿ 9 ਦਿਨਾਂ ਦੇ ਵਿੱਚ ਛੱਡ ਜਾਓ, ਠੀਕ ਆ। ਤੁਸੀਂ ਜੇ ਨਹੀਂ ਛੱਡਦੇ ਓਕੇ, ਤੁਸੀਂ ਫਿਰ ਲੋਕ ਛੋਪੇ ਆਪਣਾ ਕੰਮ ਕਰੀ ਜਾਂਦੇ, ਜੇ ਓਕੇ ਵੀ ਤੁਸੀਂ ਉਹ ਚੁੱਪ ਕਰਕੇ ਕਰੀ ਜਾਓ, ਠੀਕ ਆ। ਬਟ ਜਦੋਂ ਫਿਰ ਤੁਸੀਂ ਫੜੇ ਗਏ ਉੱਥੇ, ਠੀਕ ਆ, ਅਤੇ ਉਹਨਾਂ ਨੇ ਉਸੇ ਵੇਲੇ ਹੀ ਤੁਹਾਨੂੰ ਫੜ ਕੇ ਦੂਜੀ ਵਾਰਾਂ ਫਿਰ ਛੱਡ ਦੇਣਗੇ। ਤੀਜੀ ਵਾਰਾਂ ਮੈਂ ਸੁਣਿਆ ਵਾ ਕਿ ਤੀਜੀ ਵਾਰਾਂ ਫਿਰ ਉਹ ਛੱਡਦੇ ਨੀਗੇ, ਤੀਜੀ ਵਾਰਾਂ ਫਿਰ ਉਹ ਡਿਪੋਰਟ ਹੀ ਕਰਦੇ ਆ ਬੰਦੇ ਨੂੰ, ਠੀਕ ਆ। ਬਟ ਇੱਕ ਪੋਜ਼ਿਟਿਵ ਪੁਆਇੰਟ ਇਹ ਵੀ ਹੈਗਾ ਵਾ ਕਿ ਜਿਹੜੇ ਮੇਰੇ ਵੀਰ ਕਈ ਉੱਥੇ ਕੰਮ ਕਰਨ ਦੇ, ਉਹਨਾਂ ਨੂੰ 3-3-4-4 ਸਾਲ ਹੋ ਗਏ ਉੱਥੇ, ਕਈ ਮੇਰੇ ਇਹੋ ਜਿਹੇ ਵੀਰ ਵੀ ਹੈਗੇ ਆ ਜਿਹੜੇ ਇੱਥੋਂ ਇਟਲੀ ਤੋਂ ਗਏ ਆ ਅਤੇ ਉੱਥੇ ਆਸਟ੍ਰੇਲੀਆ ਦੇ ਵਿੱਚ ਹਾਲੇ ਵੀ ਕੰਮ ਕਰਨ ਦੇ ਆ ਅਤੇ ਕਰੀ ਜਾਂਦੇ ਆ, ਠੀਕ ਆ। ਕਿਸਮਤ ਲਾ ਲਓ ਉਹਨੂੰ ਆਪਾਂ, ਕਿਸਮਤ ਕਹਿ ਲਓ ਕਿ ਉਹਨਾਂ ਦੀ ਕਿਸਮਤ ਚੰਗੀ ਆ ਕਿ ਚਲੋ ਆਪਣਾ ਕਰੀ ਵਧੀਆ ਕੰਮ ਚਮਕ ਕੇ ਕਰੀ ਜਾਂਦੇ, ਵਧੀਆ ਪੈਸੇ ਕਮਾਈ ਜਾਂਦੇ ਆ, ਸਾਰਾ ਕੁਛ ਮਤਲਬ ਕਿ ਵਧੀਆ ਕਰ ਰਹੇ ਆ। ਬਟ ਜੇ ਆਪਾਂ ਗੱਲ ਕਰੀਏ ਰਿਸਕ ਦੀ, ਤਾਂ ਰਿਸਕ ਤਾਂ ਤੁਹਾਨੂੰ ਪਤਾ ਹੀ ਆ ਕਿ ਫਿਰ 1% ਰਿਸਕ ਦੀ ਵੀ ਓਨੀ ਵੈਲਿਊ ਹੁੰਦੀ ਆ ਅਤੇ 100% ਰਿਸਕ ਦੀ ਵੀ ਓਨੀ ਹੀ ਵੈਲਿਊ ਹੁੰਦੀ ਆ। ਵੈਲਿਊ ਦਾ ਮਤਲਬ ਕਿ ਜੇ 1% ਆਪਾਂ ਰਿਸਕ ਲਵਾਂਗੇ ਉਹ ਵੀ ਇੱਕ ਹਿਸਾਬ ਦਾ ਇੱਕ ਰਿਸਕ ਹੀ ਗਿਣਿਆ ਜਾਣਾ ਵਾ, ਅਤੇ ਜੇਕਰ ਆਪਾਂ 100% ਦਾ ਰਿਸਕ ਲਵਾਂਗੇ ਤਾਂ ਉਹ ਵੀ ਰਿਸਕ ਹੀ ਗਿਣਿਆ ਜਾਣਾ ਵਾ। ਅਤੇ ਇਸ ਕਰਕੇ ਵੀਰ ਜੀ ਉੱਥੇ ਸਭ ਤੋਂ ਵੱਡੀ ਜਿਹੜੀ ਗੱਲ ਆ ਉਹ ਸਿਰਫ ਇਹੋ ਹੀ ਆ ਕਿ ਉੱਥੇ ਆਪਾਂ ਮਤਲਬ ਕਿ 9 ਮੰਥ ਵਾਲੇ ਜਿਹੜੇ ਮੇਰੇ ਵੀਰ ਆ ਉਹ ਵਧੀਆ ਜਾ ਕੇ ਜਾ ਸਕਦੇ ਆ, ਕੰਮ ਵੀ ਉਹਨਾਂ ਨੂੰ ਵਧੀਆ ਮਿਲ ਜਾਂਦਾ ਉੱਥੇ, ਠੀਕ ਆ। ਕੰਮ ਦੀ ਕਹਿੰਦੇ ਉੱਥੇ ਘਾਟ ਨਹੀਂ ਗੀ, ਬਹੁਤ ਕੰਮ ਆ, ਠੀਕ ਆ, ਪੀਜ਼ਾ ਡਿਲੀਵਰੀ ਦੇ ਕੰਮ ਆ, ਰੈਸਟੋਰੈਂਟਾਂ ਦੇ ਕੰਮ ਆ, ਫੈਕਟਰੀਆਂ ਦੇ ਵਿੱਚ ਕੰਮ ਆ, ਸਾਰੇ ਤਰ੍ਹਾਂ ਦੇ ਕੰਮ ਹੈਗੇ ਉੱਥੇ, ਠੀਕ ਆ। ਅਤੇ ਪੈਸੇ ਵੀ ਯਾਨੀ ਕਿ ਵਧੀਆ ਸੈਲਰੀ ਵੀ ਬੰਦੇ ਉੱਥੇ ਆਪਣੇ ਜਿਹੜੇ ਆ ਜਿਹੜੇ ਜਿੰਨਾ ਕੁ ਮੈਂ ਸੁਣਿਆ ਉਹ ਕਹਿੰਦੇ ਕਿ ਵਧੀਆ ਪੈਸੇ ਅਸੀਂ ਕਮਾ ਲੈਂਦੇ ਹਾਂ, ਬਹੁਤ ਸੋਹਣੇ ਆ, ਠੀਕ ਆ। ਅਤੇ ਬਟ ਮੇਨ ਗੱਲ ਸਿਰਫ ਪ੍ਰੋਬਲਮ ਇਹੋ ਹੀ ਆ ਕਿ ਜਦੋਂ ਫੜੇ ਜਾਂਦੇ ਆ, ਠੀਕ ਆ, ਫੜੇ ਜਾਣ ਦਾ ਵੀ 2 ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਵਾ ਕਿ ਜੇਕਰ ਤੁਸੀਂ ਵੀਜ਼ੇ ਦੇ ਵਿੱਚ ਫੜੇ ਜਾਓ, ਸਪੋਜ਼ ਕਰੋ ਕਿ 9 ਮੰਥ ਦਾ ਤੁਹਾਡਾ ਵੀਜ਼ਾ ਲੱਗਾ ਵਾ ਅਤੇ ਤੁਸੀਂ 1 ਮਹੀਨਾ ਇਟਲੀ ਵਿੱਚ ਰਹੇ ਜੇ ਅਤੇ ਉਸ ਤੋਂ ਬਾਅਦ ਤੁਸੀਂ ਉੱਥੇ ਚਲ ਗਏ ਜੇ, ਅਤੇ ਤੁਹਾਡੇ ਕੋਲ ਬਾਕੀ ਵੀਜ਼ਾ ਰਹਿ ਗਿਆ ਮੰਨ ਲਓ 7-8 ਮਹੀਨੇ ਦਾ ਵੀਜ਼ਾ ਰਹਿ ਗਿਆ ਵਾ, ਠੀਕ ਆ, 7-8 ਮਹੀਨੇ ਵਿੱਚ ਤੁਸੀਂ ਉੱਥੇ ਕੰਮ ਕੀਤਾ, ਠੀਕ ਆ, ਅਤੇ ਬਾਅਦ 'ਚ ਸਪੋਜ਼ ਕਰੋ ਕਿ ਤੁਸੀਂ 1 ਵਾਰੀ ਫੜੇ ਜਾਂਦੇ ਜੇ, ਓਕੇ, ਉਹਨਾਂ ਤੁਹਾਨੂੰ ਕਹਿਣਾ ਵਾ ਕਿ ਬੈਕ ਟੂ ਇਟਲੀ, ਕਿਉਂਕਿ ਤੁਹਾਡਾ ਵੀਜ਼ਾ ਇਟਲੀ ਦਾ ਲੱਗਾ ਹੋਣਾ ਵਾ, ਠੀਕ ਆ। ਜਿੰਨਾ ਚਿਰ ਤੱਕ ਤੁਹਾਡਾ ਜਿਹੜਾ ਵੀਜ਼ਾ ਵਾ ਉਹ ਵੈਲਿਡ ਆ, ਠੀਕ ਆ, ਉਹ 1 ਵਾਰ ਤੁਹਾਨੂੰ ਛੱਡ ਦੇਣਗੇ, ਕਹਿਣਗੇ ਵੀ ਵਾਪਸ ਇਟਲੀ ਚਲ ਜਾਓ, ਓਕੇ। ਦੂਜੀ ਵਾਰ ਫਿਰ ਤੁਹਾਨੂੰ ਫੜ ਲੈਣਗੇ, ਉਹ ਕਹਿਣਗੇ ਕਿ ਵਾਪਸ ਇਟਲੀ ਚਲ ਜਾਓ। ਤੀਜੀ ਵਾਰ ਜੇ ਤੁਹਾਨੂੰ ਫੜ ਵੀ ਲੈਣਗੇ ਤਾਂ ਫਿਰ ਵੀ ਮੇਰੇ ਹਿਸਾਬ ਦੇ ਨਾਲ ਉਹ ਤੁਹਾਨੂੰ ਉੱਥੋਂ ਇਟਲੀ ਹੀ ਭੇਜਣਗੇ, ਜਿੰਨਾ ਚਿਰ ਤੱਕ ਤੁਹਾਡਾ ਜਿਹੜਾ ਵਾ ਵੀਜ਼ਾ ਵਾ ਉਹ ਵੈਲਿਡ ਆ, ਓਕੇ ਜੀ। ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸਾਂ ਕਿ ਜੇਕਰ ਤੁਹਾਡਾ ਵੀਜ਼ਾ ਖਤਮ ਹੋ ਜਾਂਦਾ ਵਾ, ਓਕੇ, ਅਤੇ ਤੁਸੀਂ ਉੱਥੇ ਫੜੇ ਜਾਂਦੇ ਜੀ, ਅਤੇ ਕੋਈ ਪਤਾ ਨਹੀਂ ਗਾ ਕਿ ਤੁਹਾਨੂੰ ਪਹਿਲੀ ਵਾਰ ਹੀ ਚੁੱਕ ਕੇ ਉਹ ਡਿਪੋਰਟ ਕਰ ਦੇਣਾ, ਠੀਕ ਆ। ਕੁਛ ਨਹੀਂ, ਉਹਨਾਂ ਦਾ ਕੋਈ ਪੱਕੇ ਰੂਲ ਨਹੀਂ ਹੈਗੇ, ਠੀਕ ਆ, ਜਿਹੜਾ ਮੈਂ ਤੁਹਾਨੂੰ 1 ਵਾਰੀ 2 ਵਾਰੀ 3 ਵਾਰੀ ਛੱਡਣ ਲਈ ਕਿਹਾ ਵਾ, ਠੀਕ ਆ, ਉਹ ਪੱਕਾ ਨਹੀਂ ਕੋਈ ਉਹਨਾਂ ਦੇ ਕਾਨੂੰਨ ਨਹੀਂ ਗੇ ਉਹਨਾਂ ਦੇ ਇਹ ਜਿਹੜੇ ਕਿ ਹਾਂ ਵੀ 1 ਵਾਰੀ ਬੰਦੇ ਨੂੰ ਛੱਡ ਦਿਉ, 2 ਵਾਰੀ ਛੱਡ ਦਿਉ, 3 ਵਾਰ ਡਿਪੋਰਟ ਕਰ ਦਿਉ, ਇਹ ਕੋਈ ਪੱਕਾ ਨਹੀਂ ਹੈਗਾ। ਹੋ ਸਕਦਾ ਵਾ ਕਿ ਤੁਹਾਨੂੰ ਉਹ ਪਹਿਲੀ ਵਾਰਾਂ ਹੀ ਫੜਨ ਅਤੇ ਪਹਿਲੀ ਵਾਰਾਂ ਹੀ ਚੁੱਕ ਕੇ ਡਿਪੋਰਟ ਕਰ ਦੇਣ, ਠੀਕ ਆ, ਇਹਦਾ ਕੁਛ ਨਹੀਂ ਹੈਗਾ, ਠੀਕ ਆ। ਬਟ ਮੇਨ ਗੱਲ ਇਹ ਵਾ ਕਿ ਜੇਕਰ ਆਪਾਂ ਇਹ ਗੱਲ ਲਾਈਏ ਕਿ ਜਿੰਨਾ ਕੁ ਤਾਂ ਮੈਂ ਸੁਣਿਆ ਵਾ ਕਿ ਜੇਕਰ ਤੁਸੀਂ ਆਪਣਾ ਕੰਮ ਕਰੀ ਜਾਂਦੇ ਜੇ ਰਮਾਨ ਦੇ ਨਾਲ ਆਸਟ੍ਰੇਲੀਆ ਦੇ ਵਿੱਚ, ਅਤੇ ਫਿਰ ਚਲੋ ਕਿ ਮਤਲਬ ਕਿ 2-3 ਸਾਲ ਕਹਿੰਦੇ ਕਿ ਬੰਦੇ ਦੇ ਲੰਘ ਹੀ ਜਾਂਦੇ ਆ, ਠੀਕ ਆ। ਕਈ ਬੰਦੇ ਮੈਨੂੰ ਜਾਣਦੇ ਕਿ ਜਿਨ੍ਹਾਂ ਦੇ ਮਤਲਬ ਕਿ ਲੰਘੇ ਉੱਥੇ, ਠੀਕ ਆ, ਕਈ ਹਾਲੇ ਤੱਕ ਉੱਥੇ ਹੈਗੇ ਆ, ਕਈ ਬੰਦਿਆਂ ਨੂੰ 3-3-4-4 ਸਾਲ ਹੋ ਗਏ ਉੱਥੇ ਕੰਮ ਕਰਨ ਦੇ, ਆਪਣਾ ਵਧੀਆ ਅਤੇ ਲੰਘੀ ਜਾਂਦੇ ਵਾ। ਬਟ ਆਪਾਂ ਇਹ ਨਾ ਵੇਖੀਏ, ਆਪਾਂ ਮੇਨ ਗੱਲ 'ਤੇ ਆਪਾਂ ਆਈਏ ਕਿ ਮੇਨ ਗੱਲ 'ਤੇ ਕਿ ਜੇਕਰ ਫੜੇ ਜਾਈਏ ਤਾਂ ਫੇਰ, ਠੀਕ ਆ,
ਫੜੇ ਜਾਈ ਤੇ ਫਿਰ ਬਸ ਵੀਰ ਜੀ ਉੱਥੇ ਤੁਹਾਡੀ ਕਹਾਣੀ ਖਤਮ ਹੋ ਜਾਂਦੀ ਜੇ, ਅਤੇ ਉਹਨਾਂ ਤੁਹਾਨੂੰ ਬੈਕ ਟੂ ਇੰਡੀਆ ਭੇਜਣਗੇ ਜਾਂ ਬੈਕ ਟੂ ਇਟਲੀ ਭੇਜਣਗੇ। ਇਟਲੀ ਤੁਹਾਨੂੰ ਤਾਂ ਭੇਜਣਗੇ ਕਿ ਜਿੰਨਾ ਚਿਰ ਤੁਹਾਡੇ ਕੋਲ ਵੀਜ਼ਾ ਤੁਹਾਡਾ ਵੈਲਿਡ ਆ, ਓਕੇ। ਅਤੇ ਇੰਡੀਆ ਤੁਹਾਨੂੰ ਉਹਨਾਂ ਤਾਂ ਭੇਜਣਾ ਵਾ ਕਿ ਜੇਕਰ ਤੁਸੀਂ ਉੱਥੇ ਬਗੈਰ ਵੀਜ਼ੇ ਤੋਂ ਹੋਏ। ਠੀਕ ਹੈ ਵੀਰ ਜੀ, ਅੱਜ ਦੀ ਵੀਰ ਜੀ ਸਿਰਫ ਇੰਨੀ ਵੀਡੀਓ ਸੀ, ਅਤੇ ਵੀਡੀਓ ਨੂੰ ਲਾਈਕ ਅਤੇ ਐਂਡ ਸ਼ੇਅਰ ਕਰ ਦਿਓ। ਚਲੋ ਹੋਰ ਵੀ ਵੀਰਾਂ ਦੇ ਦਿਮਾਗ ਵਿੱਚ ਕਈਆਂ ਦੇ ਵਿੱਚ ਹੁੰਦੀਆਂ ਵਾ ਇਹੋ ਜਿਹੀਆਂ ਗੱਲਾਂ ਆਉਣ ਜਾਣ ਦੀਆਂ ਕਿ ਇਟਲੀ ਵਿੱਚ ਆਣ ਕੇ ਅਸੀਂ ਫਲਾਨੀ ਕੰਟਰੀ ਚੱਲ ਜਾਈਏ, ਜਰਮਨ ਚੱਲ ਜਾਈਏ, ਆਸਟ੍ਰੇਲੀਆ ਚੱਲ ਜਾਈਏ, ਕਿਤੇ ਚੱਲ ਜਾਈਏ। ਠੀਕ ਆ, ਚਲੋ ਜੇਕਰ ਤਾਂ ਇਸ ਵੀਡੀਓ ਤੋਂ ਉਹਨਾਂ ਨੂੰ ਕੁਛ ਸਮਝ ਲੱਗੀ ਹੋਊਗੀ ਜਾਂ ਉੱਥੋਂ ਬਾਰੇ ਪਤਾ ਕਰਨਾ ਹੋਊਗਾ ਤਾਂ ਉਹ ਵੀਰ ਮੇਰੇ ਉੱਥੇ ਆਪਣਾ ਕਰ ਸਕਦੇ ਆ, ਅਤੇ ਜੇਕਰ ਨਹੀਂ ਤਾਂ ਕਮੈਂਟ ਦੇ ਵਿੱਚ ਵੀਰ ਜੀ ਮੈਨੂੰ ਦੱਸਿਓ ਅਤੇ ਮੈਂ ਤੁਹਾਨੂੰ ਕੁਛ ਨਾ ਕੁਛ ਹੋਰ ਕੁਛ ਵੀ ਪਤਾ ਕਰਕੇ ਉੱਥੋਂ ਬਾਰੇ ਦੱਸ ਸਕਦਾ ਹਾਂ। ਓਕੇ ਵੀਰ ਜੀ, ਸਤਿ ਸ਼੍ਰੀ ਅਕਾਲ, ਟੇਕ ਕੇਅਰ।